ਮਨਪਾਗੀ ਖਬਰ ਸਾਹਮਣੇ ਆਂਦੀ ਹੈ ਸੰਗਰੂਰ ਤੇ ਸੁਨਾਨ ਤੋਂ ਜਿੱਥੇ ਇੱਕ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ ਹੱਤਿਆ ਦਾ ਦੋਸ਼ ਮ੍ਰਿਤਕ ਦੇ ਦੋਸਤ ਤੇ ਲੱਗਦਾ ਹੈ ਦੋਆ ਵਿੱਚ ਖੇਡ ਮੇਲੇ ਦੇ ਵਿੱਚ ਮਾਮੂਲੀ ਤਕਰਾਰ ਹੋਈ ਸੀ ਹੱਤਿਆ ਦੀ ਸੂਚਨਾ ਦੇ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਜਾਂਚ ਦੇ ਬਾਅਦ ਲਾਸ਼ ਨੂੰ ਸਰਕਾਰੀ ਹਸਪਤਾਲ ਦੇ ਪਹੁੰਚਾ ਦਿੱਤਾ ਸੁਨਾਮ ਵਿੱਚ ਸਥਾਨਕ ਪਟਿਆਲਾ ਰੋਡ ਤੇ ਸੁਨਾਮ ਸੰਗਰੂਰ ਕੈਂਚੀਆ ਕੋਲ ਪਿੰਡ ਸ਼ਾਹਪੁਰ ਦੇ ਨੌਜਵਾਨ ਸੁਖਜਿੰਦਰ ਸਿੰਘ ਚਠਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਵਾਰਦਾਤ ਨੂੰ ਅੰਜਾਮ ਦੇਣ ਦੇ ਬਾਅਦ ਉਸ ਦਾ ਦੋਸਤ ਮੌਕੇ ਤੇ ਫਰਾਰ ਹੋ ਗਿਆ ਘਟਨਾ ਅੱਧੀ ਰਾਤ ਨੂੰ ਦੱਸੀ ਜਾ ਰਹੀ ਹੈ ਜਦੋਂ ਇੱਕ ਟਾਬੇ ਤੇ ਹੋਈ ਟਕਰਾਰ ਮਗਰੋਂ ਇੱਕ ਘਟਨਾ ਵਾਪਰ ਗਈ ਟਾਬੇ ਤੇ ਪਹੁੰਚ ਕੇ ਦੋਵੇਂ ਦੋਸਤਾਂ ਨੇ ਖਾਣਾ ਖਾਧਾ ਜਦੋਂ ਸੁਖਵਿੰਦਰ ਸਿੰਘ ਖਾਣਾ ਖਾਣ ਤੋਂ ਬਾਅਦ ਹੱਥ ਧੋਣ ਗਿਆ ਤਾਂ ਉਸਤੇ ਦੋਸਤ ਨੇ ਉਸਤੇ ਪਿਸਤੌਲ ਨਾਲ 6 ਗੋਲੀਆਂ ਚਲਾ ਦਿੱਤੀਆਂ ਤੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੁਨਾਮ ਤੋਂ ਸੁਖਜਿੰਦਰ ਸਿੰਘ ਦੀ ਰਿਪੋਰਟਸ ਕਾਈ ਨਿਊਜ਼ ਪੰਜਾਬ ਮਨਪਾਕੀ ਖਬਰ ਸਾਹਮਣੇ ਆਂਦੀ ਹੈ ਸੰਗਰੂਰ ਤੇ ਸੁਨਾਮ ਤੋਂ ਜਿੱਥੇ ਇੱਕ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ ਹੱਤਿਆ ਦਾ ਦੋਸ਼ ਮ੍ਰਿਤਕ ਦੇ ਦੋਸਤ ਤੇ ਲੱਗਦਾ ਹੈ ਦੋਆਵਾਂ ਵਿੱਚ ਖੇਡ ਮੇਲੇ ਦੇ ਵਿੱਚ ਮਾਮੂਲੀ ਤਕਰਾਰ ਹੋਈ ਸੀ ਹੱਤਿਆ ਦੀ ਸੂਚਨਾ ਦੇ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਜਾਂਚ ਦੇ ਬਾਅਦ লাশ ਨੂੰ ਸਰਕਾਰੀ ਹਸਪਤਾਲ ਦੇ ਪਹੁੰਚਾ ਦਿੱਤਾ ਸੁਨਾਮ ਵਿੱਚ ਸਥਾਨਕ ਪਟਿਆਲਾ ਰੋਡ ਤੇ ਸੁਨਾਮ ਸੰਗਰੂਰ ਕੈਂਚੀਆ ਕੋਲ ਪਿੰਡ ਸ਼ਾਹਪੁਰ ਦੇ ਨੌਜਵਾਨ ਸੁਖਜਿੰਦਰ ਸਿੰਘ ਚਠਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਵਾਰਦਾਤ ਨੂੰ ਅੰਜਾਮ ਦੇਣ ਦੇ ਬਾਅਦ ਉਸ ਦਾ ਦੋਸਤ ਮੌਕੇ ਤੇ ਫਰਾਰ ਹੋ ਗਿਆ ਘਟਨਾ ਅੱਧੀ ਰਾਤ ਨੂੰ ਦੱਸੀ ਜਾ ਰਹੀ ਹੈ ਜਦੋਂ ਇੱਕ ਟਾਬੇ ਤੇ ਹੋਈ ਟਕਰਾਰ ਮਗਰੋਂ ਇੱਕ ਘਟਨਾ ਵਾਪਰ ਗਈ ਟਾਬੇ ਤੇ ਪਹੁੰਚ ਕੇ ਦੋਵੇਂ ਦੋਸਤਾਂ ਨੇ ਖਾਣਾ ਖਾਧਾ ਜਦੋਂ ਸੁਖਵਿੰਦਰ ਸਿੰਘ ਖਾਣਾ ਖਾਣ ਤੋਂ ਬਾਅਦ ਹੱਥ ਧੋਣ ਗਿਆ ਤਾਂ ਉਸਤੇ ਦੋਸਤ ਨੇ ਉਸਤੇ ਪਿਸਤੌਲ ਨਾਲ 6 ਗੋਲੀਆਂ ਚਲਾ ਦਿੱਤੀਆਂ ਤੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੁਨਾਮ ਤੋਂ ਸੁਖਜਿੰਦਰ ਸਿੰਘ ਦੇ ਰਿਪੋਰਟਸ ਕਾਈ ਨਿਊਜ਼ ਪੰਜਾਬ ਮਨਪਾਗੀ ਖਬਰ ਸਾਹਮਣੇ ਆਉਂਦੀ ਹੈ ਸੰਗਰੂਰ ਤੇ ਸੁਨਾਮ ਤੋਂ ਜਿੱਥੇ ਇੱਕ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ ਹੱਤਿਆ ਦਾ ਦੋਸ਼ ਮ੍ਰਿਤਕ ਦੇ ਦੋਸਤ ਤੇ ਲੱਗਦਾ ਹੈ ਦੋਆ ਵਿੱਚ ਖੇਡ ਮੇਲੇ ਦੇ ਵਿੱਚ ਮਾਮੂਲੀ ਤਕਰਾਰ ਹੋਈ ਸੀ ਹੱਤਿਆ ਦੀ ਸੂਚਨਾ ਦੇ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਜਾਂਚ ਦੇ ਬਾਅਦ ਲਾਸ਼ ਨੂੰ ਸਰਕਾਰੀ ਹਸਪਤਾਲ ਦੇ ਪਹੁੰਚਾ ਦਿੱਤਾ ਸੁਨਾਮ ਵਿੱਚ ਸਥਾਨਕ ਪਟਿਆਲਾ ਰੋਡ ਤੇ ਸੁਨਾਮ ਸੰਗਰੂਰ ਕੈਂਚੀਆ ਕੋਲ ਪਿੰਡ ਸ਼ਾਹਪੁਰ ਦੇ ਨੌਜਵਾਨ ਸੁਖਜਿੰਦਰ ਸਿੰਘ ਚਠਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਵਾਰਦਾਤ ਨੂੰ ਅੰਜਾਮ ਦੇਣ ਦੇ ਬਾਅਦ ਉਸ ਦਾ ਦੋਸਤ ਮੌਕੇ ਤੇ ਫਰਾਰ ਹੋ ਗਿਆ ਘਟਨਾ ਅੱਧੀ ਰਾਤ ਨੂੰ ਦੱਸੀ ਜਾ ਰਹੀ ਹੈ ਜਦੋਂ ਇੱਕ ਟਾਬੇ ਤੇ ਹੋਈ ਟਕਰਾਰ ਮਗਰੋਂ ਇੱਕ ਘਟਨਾ ਵਾਪਰ ਗਈ ਟਾਬੇ ਤੇ ਪਹੁੰਚ ਕੇ ਦੋਵੇਂ ਦੋਸਤਾਂ ਨੇ ਖਾਣਾ ਖਾਧਾ ਜਦੋਂ ਸੁਖਵਿੰਦਰ ਸਿੰਘ ਖਾਣਾ ਖਾਣ ਤੋਂ ਬਾਅਦ ਹੱਥ ਧੋਣ ਗਿਆ ਤਾਂ ਉਸਤੇ ਦੋਸਤ ਨੇ ਉਸਤੇ ਪਿਸਤੌਲ ਨਾਲ 6 ਗੋਲੀਆਂ ਚਲਾ ਦਿੱਤੀਆਂ ਤੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੁਨਾਮ ਤੋਂ ਸੁਖਜਿੰਦਰ ਸਿੰਘ ਦੀ ਰਿਪੋਰਟਸ ਕਾਈ ਨਿਊਜ਼ ਪੰਜਾਬ